ਪੰਜਾਬ ਸਰਕਾਰ ਵੱਲੋਂ ਖੇਤੀ ਨੂੰ ਵਧਾਵਾ ਦੇਣ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਥਾਂ ਥਾਂ ਤੇ ਕਿਸਾਨਾਂ ਲਈ ਕੈਂਪ ਲਗਾਏ ਜਾਂਦੇ ਨੇ। ਇਸੇ ਕੜੀ ਦੇ ਚੱਲਦੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੀ ਇੱਕ ਕੈਂਪ ਲਗਾਇਆ ਗਿਆ, ਜਿਸ ਵਿੱਚ ਕਿਸਾਨਾਂ ਨੂੰ ਆਧੁਨਿਕ ਖੇਤੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਕਿਸਾਨਾਂ ਨੂੰ ਫਸਲ ਦੀ ਜ਼ਿਆਦਾ ਪੈਦਾਵਾਰ ਦੇ ਨਾਲ ਨਾਲ ਪ੍ਰਦੂਸ਼ਣ ਦੀ ਰੋਕਥਾਮ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਤੇ ਅੱਜ ਅਸੀਂ ਜ਼ਿਲ੍ਹਾ ਖੇਤੀਬਾੜੀ ਕੈਂਪ ਵਿੱਚ ਆਪਣੀ ਪ੍ਰਦਰਸ਼ਨੀ ਲਗਾਈ ਹੈ। ਉਸ ਵਿੱਚ ਅਸੀਂ ਪੋਲੀ ਹਾਊਸ ਵਿੱਚੋਂ ਜੋ ਜਲਬਰਾ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਜ਼ਿਮੀਦਾਰ ਭਰਾਵਾਂ ਵੱਲੋਂ ਉਹ ਪ੍ਰਦਰਸ਼ਿਤ ਕੀਤੀ ਹੈ। ਇਸ ਤੋਂ ਇਲਾਵਾ ਅਸੀਂ ਖੁੰਬਾਂ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਹੈ, ਉਹਦੇ ਬਕਸੇ ਲਿਫਾਫੇ ਲਗਾਏ ਗਏ ਹਨ। ਇਸ ਤੋਂ ਇਲਾਵਾ ਅਸੀਂ ਘਰੇਲੂ ਬਗੀਚੀ ਜਿਹੜੀ ਘਰੇਲੂ ਫਰੂਟ ਨਿਊਟ੍ਰੀਸ਼ਨ ਗਾਰਡਨ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਹੈ। ਮਤਲਬ ਇਹ ਅਗੰਪੁਰ ਪਿੰਡ ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਜਿਹੜਾ ਮੇਲਾ ਖੇਤੀਬਾੜੀ ਦਾ ਲਗਾਇਆ ਗਿਆ, ਇਹ ਇੱਕ ਜ਼ਿਮੀਦਾਰਾਂ ਵਾਸਤੇ ਬਹੁਤ ਅੱਛਾ ਸਿੱਧੇ ਰਸਤੇ। ਕੋਈ ਜ਼ਿਮੀਦਾਰਾਂ ਦਾ ਟਾਈਮ ਵੇਸਟ ਹੁੰਦਾ ਜਿਸ ਤਰ੍ਹਾਂ, ਜਾਂ ਕੋਈ ਗਵਰਨਮੈਂਟ ਦੀ ਜਿਹੜੀ ਸਬਸਿਡੀਆਂ ਜਾਂ ਅੱਛੇ ਬੀਜ ਹੈ ਜਿਹੜੇ ਛੋਟੇ ਸਾਡੇ ਕਿਸਾਨ ਹੈ ਉਹਨਾਂ ਵਾਸਤੇ ਬਹੁਤ ਵਧੀਆ ਇੱਕ ਉਪਰਾਲਾ ਹੈ। ਜਿਹੜਾ ਅੱਜ ਮੇਲਾ ਸੀਗਾ, ਪਹਿਲਾਂ ਅਸੀਂ ਫਤਿਹ ਆਪਣਾ ਰੋਪੜ ਦੇ ਵਿੱਚ ਮੇਲਾ ਆਯੋਜਿਤ ਕਰਨ ਦਾ ਸੋਚਿਆ ਸੀਗਾ, ਤੇ ਉਹਦੇ ਬਾਅਦ ਅਸੀਂ ਸੋਚਿਆ ਵੀ ਇਹ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਕਿ ਸਪੀਕਰ ਸਾਹਿਬ ਦਾ ਏਰੀਆ ਵੀ ਉਹਦੇ ਵਿੱਚ ਅਸੀਂ ਇਹ ਮੇਲਾ ਲਗਾਈਏ, ਤੇ ਇਹਦੇ ਵਿੱਚ ਅੱਜ ਜੋ ਰਿਸਪੋਂਸ ਮਿਲਿਆ ਏਡਾ ਹੀ ਵਧੀਆ। ਕਿਸਾਨਾਂ ਨੇ 4-5 ਹਜ਼ਾਰ ਕਿਸਾਨ ਇੱਥੇ ਆਪਣੇ ਮੇਲੇ ਦੇ ਵਿੱਚ ਮੌਜੂਦ ਸੀ ਨੇ, ਤੇ ਇਹਦੇ ਵਿੱਚ ਸਾਡਾ ਮੇਨ ਉਦੇਸ਼ ਜਿਵੇਂ ਤੁਸੀਂ ਕਿਹਾ ਇਹ ਹੁੰਦਾ ਸਾਡਾ ਵੀ ਜਿਹੜਾ ਕਿਸਾਨਾਂ ਨੂੰ ਜਿਹੜੀ ਟੈਕਨੋਲੋਜੀ ਹੈ ਜੋ ਯੂਨੀਵਰਸਿਟੀ ਪੱਧਰ ਤੇ ਜੋ ਨਵੀਆਂ ਵਿਕਸਿਤ ਤਕਨੀਕਾਂ ਨੇ ਉਹਦੇ ਸੰਬੰਧੀ ਅਸੀਂ ਕਿਸਾਨਾਂ ਨਾਲ ਵਿਚਾਰ ਸਾਂਝੇ ਕਰੀਏ। ਤੇ ਜੇ ਕਿਸਾਨ ਮੇਲੇ ਦਾ ਰਿਸਪੋਂਸ ਤੁਸੀਂ ਦੇਖਿਆ ਹੈ, ਇਸ ਵੇਲੇ ਭਾਰੀ ਤਾਦਾਦ ਵਿੱਚ ਸਾਨੂੰ ਸਾਥ ਦਿੱਤਾ ਹੈ ਸਾਡੇ ਕਿਸਾਨ ਭਾਈਆਂ ਨੇ। ਬਾਹਰ ਸਾਡੇ ਐਗਜ਼ੀਬਿਸ਼ਨ ਸਟਾਲਸ ਘੱਟੋ ਘੱਟ 20 ਸਟਾਲ ਲਗਾਏ ਗਏ ਸੀ, ਵੱਖ ਵੱਖ ਮਹਿਕਮਿਆਂ ਵੱਲੋਂ ਆਪਣੀਆਂ ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਬਾਰੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਇਹ ਪਾਰਟ ਆਫ ਐਨ ਐਨੂਅਲ ਐਕਸਰਸਾਈਜ਼ ਹੈਗੀ ਹੈ ਜਿਹਨੂੰ ਕਿ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਮੇ ਬੀ ਸਾਨੂੰ ਸਾਲ ਵਿੱਚ ਜ਼ਿਆਦਾ ਵਾਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਤਰ੍ਹਾਂ ਕਿਸਾਨਾਂ ਨਾਲ ਇੱਕ ਵਾਰ ਜਦੋਂ ਮੁੱਖੋ ਮੁੱਖੀ ਗੱਲ ਹੋ ਜਾਂਦੀ ਹੈ ਤਾਂ ਕਾਫੀ ਸਾਨੂੰ ਵੀ ਉਹਨਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗਦਾ, ਤੇ ਅਸੀਂ ਵੀ ਜੋ ਸਾਡੇ ਵੱਲੋਂ ਉਹਨਾਂ ਲਈ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਅਸੀਂ ਕਮਿਊਨੀਕੇਟ ਕਰ ਸਕਦੇ ਹਾਂ।